ਕਈ ਵਾਰ ਨਾ ਆਪਣਾ ਪਰਸ ਖਾਲੀ ਰਹਿੰਦਾ ਆਪਾਂ ਸਭ ਨਾਲ ਕਈ ਵਾਰ ਐਵੇਂ ਹੋਇਆ ਵੀ ਘਰ ਪੈਸਾ ਤਾਂ ਆ ਰਿਹਾ ਪਰ ਬਚਤ ਨਹੀਂ ਬਟਵੇ ਵਿੱਚ ਪੰਜੀ ਨਹੀਂ ਆਪਾਂ ਫਿਰ ਪਰੇਸ਼ਾਨ ਹੋ ਜਾਂਦੇ ਇਹ ਸਮੇ ਆਪਾਂ ਨੂੰ ਕੀ ਕਰਨਾ ਚਾਹੀਦਾ ਆਪਾਂ ਸਭ ਨੇ ਇਹ ਗੱਲ ਤਾਂ ਆਮ ਸੁਣੀ ਕਿ ਜੋ ਮਨੁੱਖ ਤੈਨ ਦੀ ਭਾਵਨਾ ਰੱਖਦਾ ਉਹ ਕਦੇ ਭੁੱਖਾ ਨਹੀਂ ਰਹਿੰਦਾ ਜੋ ਦੂਜਿਆਂ ਨੂੰ ਖਵਾਉਂਦੀ ਨੀਤ ਰੱਖਦਾ ਉਹ ਕਦੇ ਭੁੱਖਾ ਨਹੀਂ ਸੌਂਦਾ ਜੋ ਦੂਜਿਆਂ ਦੀ ਸੇਵਾ ਕਰਦਾ ਉਹਦੀ ਜ਼ਿੰਦਗੀ ਵਿੱਚ ਕਦੇ ਪਰੇਸ਼ਾਨੀ ਨਹੀਂ ਆਉਂਦੀ ਜੋ ਆਪਣੇ ਘਰੋਂ ਭਾਵੇਂ ਦੋ ਪਰਸ਼ਾਦੇ ਦੂਜੇ ਨੂੰ ਰੋਜ਼ ਦਵੇ ਉਹਦੇ ਘਰ ਪੈਸੇ ਮਾਇਆ ਦੀ ਕਦੇ ਕਮੀ ਨਹੀਂ ਆਉਂਦੀ ਦਲਿਤਰੋ ਦੇ ਘਰ ਪੈਰ ਪਸਾਰਦਾ ਜਿਸਨੇ ਕਦੇ ਦੇਣ ਦੀ ਅੱਗੇ ਹੱਥ ਵਧਾਇਆ ਹੀ ਨਾ ਹੋਵੇ ਉਸ ਘਰ ਜਿੰਨਾ ਮਰਜੀ ਪੈਸਾ ਹੋਵੇ ਉਹ ਰੋਗ ਤੇ ਸੋਗ ਤੇ ਹੀ ਖਰਚ ਹੋਵੇਗਾ ਆਪਾਂ ਗੱਲ ਕਰਦੇ ਪਿਆ ਵੀ ਪਰਸ ਹਮੇਸ਼ਾ ਭਰਿਆ ਰਵੇ ਕਿਹਾ ਜਾਂਦਾ ਆਪਣੇ ਘਰ ਕੋਈ ਪ੍ਰਸ਼ਾਦੇ ਪਾਣੀ ਸਮੇ ਆਵੇ ਤੇ ਬਿਨਾ ਪ੍ਰਸ਼ਾਦੇ ਪਾਣੀ ਤਾਂ ਚਲਾ ਜਾਵੇ। ਅੱਜਕੱਲ੍ਹ ਕਈ ਘਰਾਂ ਦਾ ਰਿਵਾਜ ਹੋ ਗਿਆ। ਐਵੇਂ ਦਾ ਮਾਹੌਲ ਹੋ ਗਿਆ ਵੀ ਜੇ ਕੋਈ ਪੇਕਿਆਂ ਤੋਂ ਆਵੇ ਤਾਂ ਅੱਧੀ ਰਾਤ ਨੂੰ ਵੀ ਪ੍ਰਸ਼ਾਦਾ ਪਾਣੀ ਬਣ ਜਾਂਦਾ। ਸੌਰਿਆਂ ਵਾਲੇ ਪਾਸੇ ਤੋਂ ਜੇ ਕੋਈ ਦਿਨੇ ਵੀ ਆਵੇ ਤਾਂ ਮੂੰਹ ਬਣ ਜਾਂਦਾ। ਯਾਦ ਰੱਖੋ ਕੋਈ ਵੀ ਆਵੇ ਬਿਨਾ ਪ੍ਰਸ਼ਾਦੇ ਪਾਣੀ ਸ਼ਿਕਾਇਤ ਕਦੇ ਨਾ ਜਾਂਦਵੋ। ਐਸੀ ਜ਼ਿੰਦਗੀ ਦਾ ਫਿਰ ਕੀ ਅਰਥ ਜੋ ਕਿਸੇ ਨੂੰ ਖੁਆ ਹੀ ਨਾ ਸਕੇ। ऐसे करो फिर वाइग्रू ਕਹਿੰਦੇ ਨੇ ਇਸਨਾ ਇਸਨੇ ਨਾ ਕਿਹੜਾ ਕਿਸੇ ਨੂੰ ਦੇਣਾ ਇਸ ਦੇ ਹਿੱਸੇ ਦਾ ਇਹਨੂੰ ਦੇਜੇ ਜੇਕਰ ਤੁਸੀਂ ਕਿਸੇ ਮਨੁੱਖ ਦੇ ਮੂੰਹ ਵਿੱਚ ਪਾਉਂਦੇ ਨਾ ਤੇ ਤੁਹਾਡੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਤੇ ਤੁਹਾਡਾ ਬਟਵਾ ਵੀ ਹਮੇਸ਼ਾ ਮਾਇਆ ਨਾਲ ਭਰਿਆ ਰਹੇਗਾ ਜੇਕਰ ਘਰ ਧੀ ਆਵੇ ਤਾਂ ਕਦੀ ਮੱਥੇ ਵਟ ਨਾ ਪਾਓ ਆਪਣੀ ਚਾਦਰ ਦੇ ਹਿਸਾਬ ਨਾਲ ਜ਼ਰੂਰ ਉਸ ਨੂੰ ਕੁਝ ਨਾ ਕੁਝ ਦੋ ਸਾਰਾ ਪਰਿਵਾਰ ਅੰਮ੍ਰਿਤ ਵੇਲੇ ਉੱਠ ਮੂਲ ਮੰਤਰ ਦਾ ਜਾਪ ਜ਼ਰੂਰ ਕਰ ਕੁਸੀਂ ਦੇਖਿਓ ਘਰ ਲੈਰਾ ਬੈਰਾ ਆਪ ਆ ਜਾਣਗੇ